ਦੋਸਤੋ ਅੱਜ ਤੁਹਾਡੇ ਨਾਲ ਇੱਕ ਅਜਿਹੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਅਮਰੀਕਾ ਵਿੱਚ ਉਡਾਣ ਦੌਰਾਨ ਇੰਨੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਥੇ ਬਫੈਲੋ ਨਿਆਗਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਛੋਟੇ ਜਹਾਜ਼ ਦਾ ਐਮਰਜੈਂਸੀ ਲੈਂਡਿੰਗ ਕਰਾਈ ਗਈ। ਜਦੋਂ ਛੋਟੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ ਕਿਉਂਕਿ ਜਹਾਜ਼ ਦਾ ਦਰਵਾਜ਼ਾ ਟੇਕ ਆਫ ਮਗਰੋਂ ਆਸਮਾਨ ਤੋਂ ਟੁੱਟ ਕੇ ਹੀ ਡਿੱਗ ਗਿਆ। ਜਹਾਜ਼ ਚੀਟੋ ਵਾਂਗਾ ਤੋਂ ਆ ਰਿਹਾ ਸੀ ਅਤੇ ਦਰਵਾਜ਼ਾ ਡਿੱਗਣ ਦੇ ਬਾਅਦ ਇਸਦੀ ਬਫੈਲੋ ਹਵਾਈ ਅੱਡੇ ਦੇ ਨੇੜੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਾਦਸੇ ਬਾਰੇ ਨਿਆਗਰਾ ਫਰੰਟੀਅਰ ਟਰਾਂਸਪੋਰਟੇਸ਼ਨ ਅਥਾਰਟੀ ਨੇ ਕਿਹਾ ਕਿ ਸ਼ਾਮ 6 ਵਜੇ ਠੀਕ ਪਹਿਲਾਂ ਜਹਾਜ਼ ਦਾ ਪਿਛਲਾ ਦਰਵਾਜ਼ਾ ਟੁੱਟ ਗਿਆ ਅਤੇ ਅੱਧ ਹਵਾ ਵਿੱਚ ਡਿੱਗ ਗਿਆ। ਬੁਲਾਰੇ ਨੇ ਦੱਸਿਆ ਕਿ ਦਰਵਾਜ਼ਾ ਡਿੱਗਣ ਦੇ ਬਾਅਦ ਜਹਾਜ਼ ਬਫੈਲੋ ਨਿਆਗਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਿਗਨੇਚਰ ਐਵੀਏਸ਼ਨ ਟਰਮੀਨਲ 'ਤੇ ਸੁਰੱਖਿਅਤ ਰੂਪ ਨਾਲ ਉੱਤਰ ਗਿਆ। ਜਿਹੜਾ ਸੀ ਇਹ ਵੀ ਇੱਕ ਚਮਤਕਾਰੀ ਹੋ ਗਿਆ ਕਿ ਦਰਵਾਜ਼ਾ ਸੀ ਜੋ ਆਸਮਾਨ ਦੇ ਵਿੱਚ ਉੱਡਦੇ ਜਹਾਜ਼ ਦਾ ਟੁੱਟ ਕੇ ਧਰਤੀ 'ਤੇ ਡਿੱਗ ਗਿਆ ਅਤੇ ਜਹਾਜ਼ ਜਿਹੜਾ ਸੁਰੱਖਿਅਤ ਰੂਪ ਦੇ ਵਿੱਚ ਉਤਾਰ ਲਿਆ ਗਿਆ। ਜਹਾਜ਼ ਦੇ ਵਿੱਚ 2 ਯਾਤਰੀ ਅਤੇ 1 ਪਾਇਲਟ ਸਵਾਰ ਸੀ। ਪਾਇਲਟ ਨੇ ਦੱਸਿਆ ਕਿ ਚਿੱਟੋ ਵਾਂਗਾ ਦੇ ਸਟਿੰਗਲੀਮਰ ਪਾਰਕ ਤੋਂ ਉਡਾਣ ਭਰਨ ਦੌਰਾਨ ਜਹਾਜ਼ ਦਾ ਦਰਵਾਜ਼ਾ ਜਿਹੜਾ ਡਿੱਗ ਪਿਆ। ਅਜੇ ਤੱਕ ਇਸ ਘਟਨਾ ਦਾ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਆਡੀਓ ਰਿਕਾਰਡਿੰਗ ਦੇ ਵਿੱਚ ਪਾਇਲਟ ਨੂੰ ਏਅਰ ਟ੍ਰੈਫਿਕ ਕੰਟਰੋਲਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਅਸੀਂ ਐਮਰਜੈਂਸੀ ਵਿੱਚ ਹਾਂ, ਅਸੀਂ ਵਾਪਸ ਆ ਰਹੇ ਹਾਂ। ਇੱਕ ਆਦਮੀ ਨੂੰ ਐਮਰਜੈਂਸੀ ਦਾ ਵਰਣਨ ਕਰਦੇ ਹੋਏ ਸੁਣਿਆ ਗਿਆ, ਅਸੀਂ ਜਹਾਜ਼ ਦਾ ਪਿਛਲਾ ਦਰਵਾਜ਼ਾ ਗੁਆ ਦਿੱਤਾ ਹੈ। ਫਿਲਹਾਲ ਪੁਲਿਸ ਦਰਵਾਜ਼ੇ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਉਸਦਾ ਕੋਈ ਪਤਾ ਨਹੀਂ ਲੱਗਾ। ਇਲਾਕਾ ਨਿਵਾਸੀਆਂ ਨੂੰ ਜਹਾਜ਼ ਦੇ ਦਰਵਾਜ਼ੇ 'ਤੇ ਨਜ਼ਰ ਰੱਖਣ ਅਤੇ ਉਹਨਾਂ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨੇ ਇੱਕ ਐਮਰਜੈਂਸੀ ਜਿਹੜਾ ਨੰਬਰ ਸੀ ਉਹ ਵੀ ਇਸ਼ੂ ਕਰ ਦਿੱਤਾ ਕਿ ਜੇ ਕਿਸੇ ਨੂੰ ਜਹਾਜ਼ ਦਾ ਦਰਵਾਜ਼ਾ ਮਿਲੇ ਤਾਂ ਉਹ ਸਾਨੂੰ ਦੱਸ ਦੇਣ। ਇਸ ਨੂੰ ਆਪਾਂ ਕੋਈ ਲਾਪਰਵਾਹੀ ਕਹੀਏ ਜਾਂ ਕੋਈ ਅਜੀਬੋ ਗਰੀਬ ਘਟਨਾ ਕਹੀਏ, ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ, ਕਿਉਂਕਿ ਅਜਿਹੀਆਂ ਅਜੀਬੋ ਗਰੀਬ ਘਟਨਾਵਾਂ ਜਿਹੜੀਆਂ ਅਕਸਰ ਵਾਪਰਦੀਆਂ ਹੀ ਰਹਿੰਦੀਆਂ ਨੇ। ਧੰਨਵਾਦ।